ਸਤਿ ਸ਼੍ਰੀ ਅਕਾਲ ਜੀ, ਆਪਾਂ ਸਾਰੇ ਸੋਚਦੇ ਪਏ ਹਾਂ ਅਸੀਂ ਸਟੈਨੋਗ੍ਰਾਫਰ ਬਣ ਜਾਣਾ ਆ ਜਾਂ ਸਟੈਨੋ ਟਾਈਪਿਸਟ ਲੱਗਣਾ, ਐਸਐਸ ਬੋਰਡ ਦੀਆਂ ਪੋਸਟਾਂ ਵਿੱਚ ਜਾਂ ਵਿਧਾਨ ਸਭਾ ਦੀਆਂ ਪੋਸਟਾਂ ਵਿੱਚ ਆਪਾਂ ਜੋਬ ਲੱਗਣਾ। ਤੁਸੀਂ ਕਿਸ ਬਹਾਵ 'ਤੇ ਕਹਿੰਦੇ ਹੋ ਵੀ ਮੈਂ ਸਟੈਨੋ ਟਾਈਪਿਸਟ ਲੱਗਣਾ? ਤੁਹਾਡੇ ਵਿੱਚ ਕੀ ਆ, ਕੀ ਕੁਆਲਿਟੀ ਤੁਹਾਡੇ ਵਿੱਚ ਹੈਗੀ ਵੀ ਤੁਸੀਂ ਸਟੈਨੋ ਟਾਈਪਿਸਟ ਲੱਗੋਗੇ? ਤੁਸੀਂ ਰਾਤ ਨੂੰ ਲੇਟ ਤੱਕ ਜਾਗਦੇ ਹੋ, ਫਿਲਮਾਂ ਦੇਖਦੇ ਹੋ, ਸਵੇਰੇ ਤੁਸੀਂ ਲੇਟ ਉੱਠਦੇ ਹੋ, ਪੂਰਾ ਦਿਨ ਤੁਰੇ ਫਿਰੇ 'ਚ ਮੋਬਾਈਲਾਂ ਵਿੱਚ ਟਿਕਟੋਕ ਦੇ ਵਿੱਚ ਟਾਈਮ ਵੇਸਟ ਕਰਦੇ ਪਏ ਹੋ, ਤੁਸੀਂ ਕਿਸ ਬਹਾਵ 'ਤੇ ਕਹਿ ਰਹੇ ਹੋ ਤੁਸੀਂ ਸਟੈਨੋ ਟਾਈਪਿਸਟ ਲੱਗੋਗੇ? ਆਪਦੇ ਆਪ ਨੂੰ ਐਨਾਲਾਈਜ਼ ਕਰੋ, ਆਪਦੇ ਨਾਲ ਬਹਿ ਕੇ ਗੱਲਾਂ ਵੀ ਕਰੋ। ਜਦੋਂ ਵਿਹਲਾ ਟਾਈਮ ਹੁੰਦਾ ਇਕੱਲੇ ਬੈਠੋ ਸ਼ਾਂਤੀ ਦੇ ਵਿੱਚ, ਸੁਬਹਾ ਜਲਦੀ ਉੱਠ ਜਾਓ, ਮੋਰਨਿੰਗ ਵਾਕ 'ਤੇ ਨਿਕਲ ਜਾਓ, ਕਿਤੇ ਵੀ ਕੋਈ ਜਗ੍ਹਾ ਖਾਲੀ, ਕੋਈ ਘਾਹ ਹੈਗਾ ਜਿੱਥੇ ਮੌਸਮ ਵਧੀਆ ਹੈਗਾ, ਪੇੜ ਪੌਦੇ ਹੈਗੇ ਆ, ਉੱਥੇ ਬਹਿ ਕੇ ਆਪਦੇ ਆਪ ਨਾਲ ਗੱਲਾਂ ਕਰੋ ਵੀ ਤੂੰ ਕੀ ਕਰਦਾ ਪਿਆ, ਜਿਸ ਲਾਈਨ ਨੂੰ ਤੂੰ ਚੂਜ਼ ਕੀਤਾ ਆ ਉਹ ਕਿਸ ਤਰ੍ਹਾਂ ਦੀ ਲਾਈਨ ਆ, ਉਹਦੇ ਵਿੱਚ ਕਿਵੇਂ ਲੋਕ ਕਾਮਯਾਬ ਹੋਏ ਆ, ਕੀ ਉਹ ਸੋਚਦੇ ਸੀਗੇ, ਉਹਦੇ ਬਾਰੇ ਸੋਚਣਾ ਪੈਣਾ। ਆਪਦੇ ਆਪਣਾ ਗੱਲਾਂ ਕਰਨੀਆਂ ਪੈਣੀਆਂ, ਆਪਣੇ ਅੰਦਰ ਹੀ ਸਾਰੇ ਸਵਾਲਾਂ ਦੇ ਜਵਾਬ ਪਏ ਹੋਏ ਆ। ਮੈਨੂੰ ਸਟੂਡੈਂਟ ਕਾਲ ਕਰਕੇ ਪੁੱਛਦੇ ਸਰ ਜੀ ਮੈਂ ਕਿਵੇਂ ਕਰਾਂ ਕਿਵੇਂ ਕਰਾਂ, ਕਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ। ਆਪਦੇ ਆਪ ਨੂੰ ਸ਼ਾਂਤ ਵਾਤਾਵਰਨ ਦੇ ਵਿੱਚ ਬਿਠਾਓ ਅਤੇ ਆਪਦੇ ਆਪ ਨਾਲ ਗੱਲ ਕਰੋ। ਜੋ ਤੁਹਾਨੂੰ ਆਂਸਰ ਆਪਦੇ, ਤੁਹਾਡਾ ਮਨ, ਤੁਹਾਡਾ ਅੰਦਰੋਂ ਆਤਮਾ ਤੁਹਾਡੀ ਆਵਾਜ਼ ਦੇਵੇਗੀ, ਜੋ ਤੁਹਾਨੂੰ ਕਹੇਗੀ ਉਹਨੂੰ ਫੋਲੋ ਕਰੋ। ਆਪਦੀ ਆਤਮਾ ਦੀ ਆਵਾਜ਼ ਨੂੰ ਫੋਲੋ ਕਰਨ ਨਾਲ ਹੀ ਆਪਾਂ ਸਕਸੈਸ ਹੋ ਸਕਦੇ ਹਾਂ। ਆਪਾਂ ਇੱਧਰੋਂ ਉੱਧਰੋਂ ਸਲਾਹ ਨਾ ਭਾਲਦੇ, ਮੈਨੂੰ ਕੋਈ ਸਲਾਹ ਦੇ ਦੇ ਚੰਗੀ, ਮੈਂ ਉਹ ਸਲਾਹ ਨੂੰ ਫੋਲੋ ਕਰਨਾ। ਸਲਾਹ ਕਿਸੇ ਦੀ ਫੋਲੋ ਨਹੀਂ ਹੋ ਸਕਦੀ ਕਦੇ ਵੀ, ਜਿੰਨੀ ਮਰਜ਼ੀ ਮੇਰੀ ਵੀਡੀਓ ਸੁਣੀ ਚੱਲੋ, ਜਿਹੜੀ ਤੁਹਾਡੀ ਆਤਮਾ ਕਹੂਗੀ ਨਾ ਤੁਸੀਂ ਫੋਲੋ ਸਿਰਫ ਉਹੀ ਕਰ ਸਕਦੇ ਹਾਂ। ਤੁਹਾਡੀ ਆਤਮਾ ਕਹਿੰਦੀ ਤੂੰ ਨਹੀਂ ਲੱਗ ਸਕਦਾ ਤਾਂ ਫਿਰ ਨਹੀਂ ਲੱਗ ਸਕਦਾ, ਠੀਕ ਹੈ, ਜੋਬ ਨਹੀਂ ਲੱਗ ਸਕਦਾ, ਨਹੀਂ ਲੱਗ ਸਕਦਾ, ਤੁਹਾਡੀ ਆਤਮਾ ਕਹਿ ਰਹੀ ਨਹੀਂ ਲੱਗ ਸਕਦਾ, ਕੋਈ ਦੁਨੀਆ ਦਾ ਬੰਦਾ ਤੁਹਾਨੂੰ ਲਵਾ ਨਹੀਂ ਸਕਦਾ। ਜੋ ਤੁਸੀਂ ਆਪਦੇ ਆਪ ਨੂੰ ਮੰਨ ਲਿਆ, ਤੁਹਾਡੀ ਆਤਮਾ ਨੇ ਕਿਹਾ ਤੂੰ ਨਹੀਂ ਲੱਗ ਸਕਦਾ, ਤੂੰ ਤੇਰੇ ਤੋਂ 9 ਤੋਂ 5 ਨਹੀਂ ਬੈਠਾ ਜਾਣਾ, 8 ਘੰਟੇ ਡਿਊਟੀ ਬਹੁਤ ਲੰਮੀ ਹੁੰਦੀ ਆ, ਠੀਕ ਹੈ, ਤੇਰੇ ਕੋਲ ਤਾਂ ਦੋਸਤਾਂ ਨਾਲ ਜਾਣ ਦਾ ਟਾਈਮ ਨਹੀਂ ਹੁੰਦਾ, ਤੈਨੂੰ ਤੂੰ ਫਿਲਮਾਂ ਵੇਖਣ ਦਾ ਟਾਈਮ ਨਹੀਂ ਹੁੰਦਾ, ਤੇਰੇ ਕੋਲ ਟਾਈਮ ਹੈ ਹੀ ਨਹੀਂਗਾ, ਤੁਹਾਨੂੰ ਤਾਂ ਔਖਾ ਹੀ ਬਹੁਤ ਹੋਏਗਾ। ਤੁਹਾਡੀ ਆਤਮਾ ਕਹਿ ਰਹੀ ਇਸ ਕਰਕੇ ਤੁਹਾਨੂੰ ਜੋਬ ਨਹੀਂ ਮਿਲਣੀ, ਜੇ ਤੁਹਾਡੀ ਆਤਮਾ ਕਹਿ ਰਹੀ ਤੂੰ 8 ਘੰਟੇ ਨਹੀਂ ਬੈਠ ਸਕਦਾ ਡਿਊਟੀ 'ਤੇ। ਆਪਦੇ ਆਪ ਨਾਲ ਗੱਲਾਂ ਕਰੋ, ਜੋ ਤੁਹਾਨੂੰ ਆਂਸਰ ਮਿਲੇ ਉਹਨੂੰ ਫੋਲੋ ਕਰੋ, ਜੋਬ ਤੁਹਾਨੂੰ ਤਾਂ ਹੀ ਮਿਲਣੀ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ, ਸਪੀਡ ਨਹੀਂ ਬਣ ਰਹੀ, ਆਊਟਲਾਈਨ ਵੇਟ ਰਹੀ ਹੈਗੀ ਆ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ, ਆਪਦੇ ਆਪ ਨਾਲ ਹੀ ਗੱਲਾਂ ਕਰਨੀਆਂ। ਕੋਈ ਮੈਂ ਬਹੁਤ ਐਕਸਪਰਟ ਬੰਦਾ ਨਹੀਂ ਹੈਗਾ, ਮੈਨੂੰ ਬਹੁਤ ਨੌਲੇਜ ਨਹੀਂ ਹੈਗੀ, ਜਿਹੜੇ ਮੈਨੂੰ ਕਾਲ ਕਰਦੇ ਆ ਜਾਂ ਮੇਰੀ ਵੀਡੀਓ ਸੁਣਦੇ ਰਹਿੰਦੇ ਆ, ਇੰਨੀ ਨੌਲੇਜ ਨਹੀਂ ਹੈਗੀ ਜਿੰਨਾ ਤੁਸੀਂ ਸਮਝਦੇ ਪਏ ਹੋ। ਆਪਦੇ ਆਪਣਾ ਗੱਲਾਂ ਹੀ ਕਰਦੇ ਹਾਂ ਅਤੇ ਤੁਹਾਨੂੰ ਗੱਲਾਂ ਦੱਸਦੇ ਹਾਂ, ਤੁਸੀਂ ਆਪਦੇ ਆਪਣਾ ਗੱਲਾਂ ਕਰਨੀ ਅਤੇ ਆਪਦੇ ਆਪ ਨੂੰ ਦੱਸਣਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਜਦੋਂ ਸਕਸੈਸ ਹੋ ਗਏ ਤੁਸੀਂ ਕਾਮਯਾਬ ਹੋ ਗਏ, ਜਿਹਨੂੰ ਮਰਜ਼ੀ ਤੁਸੀਂ ਚੱਲੋ, ਤੁਸੀਂ ਐਂ ਕਰਦੇ ਸੀ ਜੋ ਕਰਦੇ ਸੀਗੇ, ਠੀਕ ਆ। ਆਪਦੇ ਆਪਣਾ ਗੱਲਾਂ ਕਰਕੇ ਆਪਦੇ ਰਿਜ਼ਲਟ, ਆਪਦੀਆਂ ਜਿਹੜੀਆਂ ਕੁਸ਼ਚਨ, ਆਪਦੇ ਆਪਣਾ ਰਾਤ ਨੂੰ ਕੁਸ਼ਚਨ ਕਰੋ, ਰਾਤ ਨੂੰ ਤੁਸੀਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਇੱਕ ਕੁਸ਼ਚਨ ਕਰਕੇ ਸੌਵੋ, ਤੁਹਾਨੂੰ ਸੁਪਨੇ ਵਿੱਚ ਉਹ ਚੀਜ਼ ਆ ਜਾਣੀ ਆ। ਤੁਸੀਂ ਉਹਨੂੰ ਸੁਪਨਾ ਸਮਝ ਕੇ ਹੀ ਛੱਡ ਦਿੰਦੇ ਆ ਵੀ ਸੁਪਨੇ 'ਚ ਇੱਦਾਂ ਕਿਵੇਂ ਹੋ ਜਾ, ਸੁਪਨਾ ਤਾਂ ਪੋਸੀਬਲ ਹੈ ਹੀ ਨਹੀਂ ਗਾ। ਸੁਪਨੇ 'ਚ ਜਿਹੜਾ ਆਂਸਰ ਤੁਹਾਨੂੰ ਆਇਆ ਉਹ ਹੀ ਸਹੀ ਆਂਸਰ ਹੁੰਦਾ ਆ, ਉਹਨੂੰ ਇੰਪਲੀਮੈਂਟ ਕਰਨਾ ਪੈਣਾ, ਠੀਕ ਹੈ। ਮੈਂ ਥੋੜ੍ਹੇ ਟਾਈਮ ਪਹਿਲਾਂ ਮੈਡੀਸਨ ਖਾਂਦਾ ਸੀ, ਮੈਨੂੰ ਫਿਜ਼ੀਕਲ ਪ੍ਰੋਬਲਮ ਸੀ, ਮੈਂ ਮੈਡੀਸਨ ਖਾ ਰਿਹਾ ਸੀ, 4-5 ਸਾਲ ਤੋਂ ਮੈਡੀਸਨ ਖਾ ਰਿਹਾ ਸੀਗਾ। ਮੈਨੂੰ ਮੈਂ ਆਂਸਰ ਕੁਐਸਚਨ ਕੀਤਾ ਰੱਬ ਨੂੰ ਵੀ ਮੈਨੂੰ ਇਹ ਚੀਜ਼, ਮੈਨੂੰ ਇਹ ਬਿਮਾਰੀ ਕਿਉਂ ਲਾਈ, ਮੈਂ ਤੁਹਾਨੂੰ ਇੰਨਾ ਮੰਨਣ ਵਾਲਾ ਹੈਗਾ ਆ, ਮੈਨੂੰ ਬਿਮਾਰੀ ਕਿਉਂ ਲਾਈ ਆ। ਮੈਨੂੰ ਉਹਦਾ ਆਂਸਰ ਉਹਨੇ ਮੈਨੂੰ ਸੁਪਨੇ ਵਿੱਚ ਦਿੱਤਾ ਵੀ ਛੱਡ ਦੇ, ਤੁਸੀਂ ਤੂੰ ਓਕੇ ਆ, ਤੈਨੂੰ ਤਾਂ ਲੋੜ ਹੀ ਹੁੰਦੀ ਖਾਣ, ਤੂੰ ਕਦੋਂ ਖਾਈ ਜਾਂਦਾ, ਮੈਂ ਬੰਦ ਕਰਤੀ। ਅਤੇ ਜੇ ਮੈਂ ਉਹਨੂੰ, ਉਹਨਾਂ ਕੋਲ ਸੁਪਨਾ ਹੀ ਸੀਗਾ, ਸ਼ਾਇਦ ਮੈਨੂੰ ਵੈਸੇ ਹੀ ਆ ਗਿਆ ਹੋਊਗਾ, ਠੀਕ ਆ। ਆਪਦੇ ਆਪ 'ਤੇ ਜਿਹੜੇ ਤੁਹਾਨੂੰ ਤੁਹਾਡੇ ਕੁਐਸਚਨ ਆਂਸਰ, ਤੁਹਾਡੇ ਅੰਦਰ ਬੈਠੀ ਹੋਈ ਆਤਮਾ ਪਰਮਾਤਮਾ ਤੁਹਾਡੇ ਅੰਦਰ ਹੀ ਹੈਗਾ ਆ, ਉਹਨੂੰ ਬਾਹਰ ਕੱਢਣਾ ਪੈਣਾ, ਉਹਦੀਆਂ ਗੱਲਾਂ ਕਰਨੀਆਂ ਪੈਣੀਆਂ। ਤੁਹਾਨੂੰ ਆਂਸਰ ਸਾਰੇ ਉਹਨੇ ਦੇਣੇ ਆ, ਤੁਹਾਨੂੰ ਉਸੇ ਨੇ ਹੀ ਸਕਸੈਸ ਕਰਨਾ ਹੈਗਾ ਮੇਰੀਆਂ ਗੱਲਾਂ ਨਾਲ, ਕੁਛ ਨਹੀਂ ਗੱਲ ਬਣਨੀ। ਆਪਦੇ ਆਪਣਾ ਗੱਲਾਂ ਕਰਾਂਗੇ ਤਾਂ ਫਿਰ ਆਪਾਂ ਸਕਸੈਸ ਹੋਵਾਂਗੇ। ਆਪਦੇ ਆਪਣਾ ਗੱਲਾਂ ਕਰੋ, ਨਜ਼ਾਰੇ ਲਓ, ਠੀਕ ਹੈ। ਜੇ ਤੁਸੀਂ ਦੁਖੀ ਫੀਲ ਕਰੋਗੇ ਦੁਖੀ ਰਹੋਗੇ, ਖੁਸ਼ ਫੀਲ ਖੁਸ਼ੀ ਫੀਲ ਕਰੋਗੇ ਖੁਸ਼ ਰਹੋਗੇ। ਸੁਬਹਾ ਤੁਸੀਂ ਫੀਲ ਕਰ ਲਓ ਮੈਂ ਖੁਸ਼ ਹਾਂ ਅਤੇ ਖੁਸ਼ ਸਾਰਾ ਦਿਨ ਖੁਸ਼ ਰਹੋਗੇ। ਸੁਬਹਾ ਤੁਸੀਂ ਫੀਲ ਕਰ ਲਓ ਮੈਨੂੰ ਅੱਜ ਬਹੁਤ ਦੁੱਖ ਆ, ਮੈਨੂੰ ਬਹੁਤ ਟੈਨਸ਼ਨ ਹੈਗੀ, ਮੇਰਾ ਕੰਮ ਨਹੀਂ ਪੂਰਾ, ਮੈਂ ਆਹ ਨਹੀਂ ਕੀਤਾ ਹੈਗਾ। ਜਿਵੇਂ ਨੈਗੇਟਿਵਿਟੀ ਸਟਾਰਟ, ਸੁਬਹਾ ਤੋਂ ਸਟਾਰਟ ਕਰ ਦੂੰਗਾ, ਸ਼ਾਮ ਤੱਕ ਉਹੀ ਰਹਿਣੀ ਆ। ਆਪਦੇ ਆਪ ਨੂੰ ਇੰਜੋਏ ਪੂਰਾ ਫੀਲ ਵਧੀਆ ਕਰਨਾ ਹੈਗਾ, ਮੈਂ ਖੁਸ਼ ਹਾਂ, ਮੈਂ ਸੋਹਣਾ ਹਾਂ, ਸ਼ੀਸ਼ੇ ਵਿੱਚ ਆਪਦੇ ਆਪ ਨੂੰ ਵੇਖ ਕੇ ਕਹਿਣਾ ਵੀ ਮੈਂ ਤੂੰ ਬਹੁਤ ਖੁਸ਼ ਹਾਂ, ਅੱਜ ਬੜਾ ਸੋਹਣਾ ਲੱਗਦਾ ਪਿਆ ਆ, ਤੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਅੱਜ, ਠੀਕ ਹੈ। ਮੈਂ ਟੈਨਸ਼ਨ ਹੋ ਕੇ ਚੱਲੋ, ਆਪਦਾ ਕਿਤੇ ਕਾਲਜ ਜਾਣਾ ਹੈਗਾ, ਸੈਂਟਰ ਜਾਣਾ, ਕਿਤੇ ਕੰਮ ਜਾ ਰਹੇ ਹਾਂ, ਐਕਟਿਵ ਰਹਿ ਕੇ ਚੱਲਣਾ ਹੈਗਾ, ਅਤੇ ਪੂਰਾ ਦਿਨ ਤੁਹਾਡਾ ਆਪਦਾ ਐਕਟਿਵ ਵੀ ਲੰਘੀ ਗਿਆ। ਜੇ ਪਸਟਾ ਸੁਬਹਾ ਤੋਂ ਹੀ ਸੁਸਤੀ ਪਾ ਲਈ ਤਾਂ ਪੂਰਾ ਦਿਨ ਸੁਸਤੀ ਨਾਲ ਹੀ ਲੰਘਦਾ ਆ, ਠੀਕ ਹੈ ਜੀ। ਆਪ ਜ਼ਿੰਦਗੀ ਨੂੰ ਇੰਜੋਏ ਕਰੋ, ਆਪਦੇ ਨਾਲ ਗੱਲਾਂ ਕਰੋ, ਆਂਸਰ ਤੁਹਾਨੂੰ ਖੁਦ ਹੀ ਮਿਲਣੇ ਹੈਗੇ ਆ। ਜਿਹੜੇ ਬੰਦੇ ਸਕਸੈਸ ਫੁੱਲ ਹੋਏ ਆ, ਜਿਨ੍ਹਾਂ ਨੇ ਕਿਤਾਬਾਂ ਛਾਪੀਆਂ, ਸਕਸੈਸਫੁੱਲ ਹੋਣ ਦੀਆਂ ਕਿਤਾਬਾਂ ਛਾਪ ਰਹੇ, ਤੁਹਾਨੂੰ ਮੋਟੀਵੇਟ ਜਿਹੜੇ ਬੰਦੇ ਕਰ ਰਹੇ ਆ, ਉਹ ਆਪ ਮੋਟੀਵੇਟ ਕਿੱਥੋਂ ਹੋਏ ਹੋਣਗੇ।
ਕੋਈ ਬੰਦਾ ਮੋਟੀਵੇਸ਼ਨਲ ਸਪੀਕਰ ਹੈਗਾ ਉਹ ਆਪ ਕਿੱਥੋਂ ਮੋਟੀਵੇਟ ਹੋ ਰਿਹਾ? ਤੁਹਾਨੂੰ ਤਾਂ ਕਰੀ ਜਾਂਦਾ ਉਹ, ਤੁਹਾਨੂੰ ਕਿਤਾਬਾਂ ਦੇ ਦਿੰਦਾ ਪੜ੍ਹੀ ਚੱਲੋ, ਆਪ ਕਿੱਥੋਂ ਹੋ ਰਿਹਾ? ਉਹਨੇ ਆਪਦੇ ਆਪਣੇ ਗੱਲਾਂ ਕਰਕੇ ਉਹ ਬੰਦੇ ਸਕਸੈਸ ਹੋਏ ਆ। ਤੁਸੀਂ ਵੀ ਆਪਦੇ ਆਪਣਾ ਗੱਲਾਂ ਕਰਨੀਆਂ ਹੈਗੀਆਂ ਵੀ ਤੂੰ ਸਟੈਨੋਟਾਈਪਿਸਟ ਬਣ ਜਾ ਰਿਹਾ ਤੇ ਤੇਰੇ 'ਚ ਕੀ ਕੁਆਲਿਟੀ ਹੈਗੀ ਆ, ਤੂੰ ਕਿਉਂ ਲੱਗੀ ਆ? ਜਿਹੜਾ ਪੰਜਾਬ ਵਿੱਚ ਤੇਰੇ 'ਚ ਕੁਆਲਿਟੀ ਇਸ ਤਰ੍ਹਾਂ ਦੀ ਕਿਹੜੀ ਹੈ ਜਿਹੜੀ ਪੰਜਾਬ ਵਾਲੇ ਲੋਕਾਂ ਕੋਲ ਨਹੀਂ ਹੈਗੀ? ਤੁਹਾਡੇ 'ਚ ਉਹ ਕੁਆਲਿਟੀ ਯੂਨੀਕ ਹੋਣੀ ਚਾਹੀਦੀ ਹੈ ਜਿਹੜੇ ਇੱਕ ਸਟੈਨੋਟਾਈਪਿਸਟ ਦੇ ਵਿੱਚ ਹੋਣੀ ਚਾਹੀਦੀ ਆ, ਜਿਹੜੀ ਲੋਕਾਂ ਕੋਲ ਨਹੀਂ ਹੈਗੀ। ਜਿਹੜੇ ਪੰਜਾਬ ਦੇ ਟੌਪਰ ਬਣਦੇ ਆ, ਰਿਜ਼ਲਟ ਜਦੋਂ ਆਉਂਦਾ ਟੌਪਰ ਹੁੰਦੇ, ਉਹ ਕਿਵੇਂ ਬਣਦੇ ਆ? ਉਹ ਪੂਰੇ ਪੰਜਾਬ ਨਾਲ ਵੱਖਰੇ ਹੁੰਦੇ ਆ, ਉਹਨਾਂ ਦੀ ਵੱਖਰੀ ਸੋਚ ਹੁੰਦੀ ਆ, ਵੱਖਰੇ ਉਹਨਾਂ ਨੇ ਕੰਮ ਕੀਤੇ ਹੁੰਦੇ ਆ, ਠੀਕ ਆ। ਇੱਕ ਗਰੀਬ ਬੰਦਾ ਇਬਰਾਹਿਮ ਲਿੰਕਨ ਦੀ ਆਪਾਂ ਸਟੋਰੀਆਂ ਸੁਣਦੇ ਹਾਂ, ਉਹ ਬਚਪਨ 'ਚ ਕਹਿਣ ਲੱਗ ਪਿਆ ਸੀ ਰਾਸ਼ਟਰਪਤੀ ਬਣੂੰਗਾ ਮੈਂ, ਵੀ ਮੈਂ ਬਹੁਤ ਅਮੀਰ ਬਣੂੰਗਾ। ਜਿਹੜੇ ਲੋਕਾਂ ਨੇ ਅਮੀਰ ਬਣੇ ਆ, ਉਹਨਾਂ ਨੇ ਇੱਦਾਂ ਕਿਹਾ, ਮੈਂ ਬਚਪਨ ਤੋਂ ਕਹਿਣ ਲੱਗ ਪੈਂਦੇ ਸੀ। ਕੋਈ ਸੋਰਸ ਨਹੀਂ ਹੁੰਦਾ ਸੀ ਕੋਈ, ਜੇ ਆਪਾਂ ਬਿਲਗੇਟਸ ਦੀ ਵੀ ਗੱਲ ਕਰੀਏ, ਉਹਨੇ ਬਚਪਨ 'ਚ ਕਹਿਤਾ ਸੀ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣੂੰਗਾ। ਕਿਵੇਂ ਕਹਿਤਾ? ਉਹਨੂੰ ਕਿਹੜਾ ਪਤਾ ਸੀ ਮੈਂ ਮਾਈਕਰੋਸੋਫਟ ਕੰਪਨੀ ਖੋਲੂੰਗਾ ਅਤੇ ਮੇਰੀ ਇੰਨੀ ਉਹ ਚੱਲ ਪਊਗੀ? ਬਸ ਕਿਹਾ ਉਹਦੇ ਅਕੋਰਡਿੰਗ ਨੂੰ, ਜਿਵੇਂ ਜਿਵੇਂ ਉਹਨੂੰ ਰਸਤੇ ਮਿਲਦੇ ਗਏ, ਪਰਮਾਤਮਾ ਨੂੰ ਰਸਤਾ ਦਿਖਾਉਂਦਾ ਗਿਆ, ਤਾਂ ਉਹਦੇ ਅਕੋਰਡਿੰਗ ਚੱਲਦਾ ਰਿਹਾ ਅਤੇ ਉਹ ਸਕਸੈਸ ਹੈਗਾ। ਤੁਸੀਂ ਆਪਦੇ ਆਪਣਾ ਕੁਐਸਚਨ ਕਰਨੇ ਆ, ਜਿਹੜੇ ਆਂਸਰ ਮਿਲਦੇ ਉਹਨੂੰ ਫੋਲੋ ਕਰਨਾ, ਠੀਕ ਹੈ ਜੀ। ਥੈਂਕ ਯੂ ਜੀ।